ਅਸਲਾਮ ਵਾਲੇਕਮ ਜੀ ਉਮੀਦ ਹੈ ਕਿ ਸਾਰੇ ਭਾਈ ਠੀਕ ਹੋਣ ਦੇ ਤੇ ਅੱਜ ਦੀ ਵੀਡੀਓ ਸ਼ੁਰੂ ਕਰੀਏ ਔਰ ਪੇਜ ਨੰਬਰ ਹੈ 815 ਉਹ ਤੋਂ 100 15 ਅੱਛਾ ਜੀ ਇੱਥੇ ਹੁਣ ਗੱਲ ਕਰਨ ਲੱਗੇ ਰਿਵੋਕ ਕਾ ਡੈਲਾ ਪਾਟੈਂਟ ਰਿਵੋਕਾ ਕੀ ਹੁੰਦਾ ਹੈ ਰਿਵੋਕਾ ਦਾ ਮਤਲਬ ਉਹ ਨਾ ਕੈਨਸਲ ਹੋ ਜਾਣਾ ਠੀਕ ਹੈ ਰਿਵੋਕਾ ਡੈਲਾ ਪਾਟੈਂਟ ਲਿਸੈਂਸ ਦਾ ਕੈਨਸਲ ਹੋਣ ਨਾਲ ਸਾਰ ਖਤਮ ਹੋ ਜਾਣਾ ਠੀਕ ਹੈ ਇਹ ਕਦੋਂ ਕਦੋਂ ਹੋ ਸਕਦਾ ਹੈ ਜਦੋਂ ਤੁਹਾਡਾ ਲਾਇਸੈਂਸ ਸਸਪੈਂਡ ਹੋਇਆ ਹੈ। ਮਸਲਨ ਕਰ ਲਓ ਕਿ ਕਿਸੇ ਬੰਦੇ ਨੇ ਉਹਨਾਂ ਪਾਬੰਦੀ ਲਾਈ ਹੈ ਕਿ 3 ਮਹੀਨੇ ਤੱਕ ਤੁਹਾਡਾ ਲਾਇਸੈਂਸ ਸਸਪੈਂਡ ਹੈ। ਤੁਸੀਂ ਇਸ ਲਾਇਸੈਂਸ ਨਾਲ ਗੱਡੀ ਨਹੀਂ ਚਲਾ ਸਕਦੇ। ਠੀਕ ਹੈ। ਫਿਰ ਵੀ ਤੁਸੀਂ ਗੱਡੀ ਚਲਾ ਰਹੇ ਹੋ ਉਸ ਪਾਬੰਦੀ ਦੇ ਵਿੱਚ ਵਿੱਚ ਹੀ ਚੈੱਕ ਹੋ ਜਾਓ, ਲਾਇਸੈਂਸ ਕੈਂਸਲ ਹੋ ਜਾਏਗਾ, ਰਿਵੋਕਾ ਹੋ ਜਾਏਗਾ। ਠੀਕ ਹੈ। ਦੂਸਰਾ ਆਊਟੋਸਟ੍ਰੀਟ ਦੇ ਉੱਤੇ ਯੂ-ਟਰਨ ਕਰਦੇ ਹੋ ਜਾਂ ਜਿੱਧਰ ਨਾਰਮਲ ਟ੍ਰੈਫਿਕ ਚੱਲਦੀ ਹੈ ਭਈ ਉਹਦੇ ਆਪੋਜ਼ਿਟ ਆਉਂਦੇ ਹੋ ਕੰਤਰਾਰੀਓਂ ਦਿਓ ਫਿਰ ਵੀ ਲਾਇਸੈਂਸ ਰਿਵੋਕਾ ਹੋ ਜਾਏਗਾ ਜਾਂ ਜੇ ਦੂਸਰਾ ਕਰੇ ਜਾਤਾ ਵੇ ਉਹਦੇ ਉਲਟ ਸਾਈਡ ਚੱਲ ਰਹੇ ਹੋ ਫਿਰ ਵੀ ਕੈਨਸਲ ਹੋ ਜਾਏਗਾ ਠੀਕ ਹੈ ਦੋ ਤੀਸਰਾ ਅਗਰ ਕੋਈ ਬੰਦਾ ਪਰਦੇ ਪਰਮਨੈਂਟemente ਮਤਲਬ ਹਮੇਸ਼ਾ ਵਾਸਤੇ ਉਹਦੀਆਂ ਜ਼ਾਇਆ ਹੋ ਜਾਣ ਖਤਮ ਹੋ ਜਾਣ ਜਿਹੜੀ ਮੈਂਟਲੀ ਤੌਰ ਤੇ ਉਹ ਖਤਮ ਹੋ ਜਾਏ ਮਤਲਬ ਉਹਦਾ ਕਹਿ ਲੋ ਕਿ ਦਿਮਾਗ ਠੀਕ ਨਾ ਰਹੇ ਜਾਂ ਯਾਂ ਕਹਿ ਲੋ ਕਿ ਉਹ ਜਿਹੜੀ ਜਸਮਾਨੀ ਮਤਲਬ ਲਤਾਂਵਾ ਉਹਦੀਆਂ ਨਾ ਰਹਿਣ ਠੀਕ ਹੈ ਜਦੋਂ ਨਾ ਯਕੀਨ ਹੋ ਜਾਏ ਕਿ ਇਹ ਬੰਦਾ ਬਿਲਕੁਲ ਅਪਾਇਜ ਹੋ ਗਿਆ ਹੈ ਇਹ ਗੱਡੀ ਨਹੀਂ ਚਲਾ ਸਕਦਾ ਉਦੋਂ ਵੀ ਉਹ ਲਾਇਸੈਂਸ ਜਿਹੜਾ ਹੈ ਕੈਨਸਲ ਕਰ ਦੇਣਗੇ ਠੀਕ ਹੈ ਦੂਸਰਾ ਯਾਂ ਕਿਸੇ ਦੂਸਰੇ ਮੁਲਕੇ ਤੁਸੀਂ ਜਾਂਦੇ ਹੋ ਉੱਥੇ ਜਾ ਕੇ ਚੇਂਜ ਕਰ ਲੈਂਦੇ ਹੋ ਫਿਰ ਕੈਨਸਲ ਹੋ ਜਾਏਗਾ ਠੀਕ ਹੈ ਬਾਕੀ ਪਿੱਛੇ ਪੜਿਆ ਸੀ ਕਿ ਰਿਵਿਜ਼ਿਓਨ ਦੇ ਦਾ ਇਜ਼ਾਮੇ ਦੇਂਦੇ ਹੋ ਪਾਸ ਨਹੀਂ ਹੁੰਦਾ ਫਿਰ ਵੀ ਕੈਨਸਲ ਹੋ ਜਾਏਗਾ ਠੀਕ ਹੈ ਚਲੋ ਜੀ ਲਾ ਰਿਵੋਕਾ ਡੈਲਾ ਪਾਟੈਂਤੇ ਐ ਐਡਿਸਪੋਸਤਾ ਕੈਂਡਾ ਲਾਇਸੈਂਸ ਜਿਹੜਾ ਵੇ ਕੈਨਸਲ ਹੋਵੇਗਾ ਕਵਾਂਦੋ ਇ ਟਿਟੋਲਾਰੇ ਜਦੋਂ ਟਿਟੋਲਾਰੇ ਮਤਲਬ ਲਾਇਸੈਂਸ ਹੋਲਡਰ ਲਾਇਸੈਂਸ ਦਾ ਮਾਲਕ ਜਿਹੜਾ ਹੈ ਗੁਈ ਦਾ ਡਰਾਈਵਿੰਗ ਕਰ ਰਿਹਾ ਨੋਨ ਸਟਾਂਤੇ ਜਬਕੇ ਆਬੀਆ ਲਾ ਪਾਟੈਂਤੇ ਸੁਸਪੇਸਾ ਕੈਂਡਾ ਜਬਕੇ ਉਹਦਾ ਪਾਟੈਂਤੇ ਸੁਸਪੇਸਾ ਸੀ ਮਤਲਬ ਪਹਿਲਾਂ ਹੀ ਸਸਪੈਂਡ ਸੀ ਤੇ ਫਿਰ ਡਰਾਈਵਿੰਗ ਕਰ ਰਿਹਾ ਹੈ ਫੇਰ ਲਾਇਸੈਂਸ ਕੀ ਹੋਵੇਗਾ ਰਿਵੋਕ ਆ ਜਾਏਗਾ ਵੇਰੋ ਜੀ ਲਾ ਰਿਵੋਕਾ ਡੈਲਾ ਪਾਟੈਂਤੇ ਪੋਏ ਏਸੇਰੇ ਡਿਸਪੋਸਤਾ ਕਹਿੰਦਾ ਲਾਇਸੈਂਸ ਜਿਹੜਾ ਵੇ ਰਿਵੋਕਾ ਹੋ ਸਕਦਾ ਸੋਰੀ ਕੈਨਸਲ ਹੋ ਸਕਦਾ ਕਵਾਂਡੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਇਨ ਆਉਟੋਸਟਰਾਦਾ ਆਉਟੋਸਟਰਾਡ ਵਿੱਚ ਇਨਵਰਤੇ ਇਲ ਸੈਂਸੋ ਦੀ ਮਾਰਚੇ ਇਨਵਰਤੇ ਇਲ ਸੈਂਸੋ ਦੀ ਮਾਰਚੇ ਕਰਦਾ ਹੈ ਮਤਲਬ ਉਲਟ ਸਾਈਡ ਤੇ ਚੱਲਦਾ ਉਹ ਪਿਰਕੋਰੇ ਯਾਂ ਚੱਲਦਾ ਲਾ ਕਰੇ ਜਾਂ ਤਾਂ ਕੋਨਟਰੋ ਮਾਨੋ ਜਾਂ ਕਰੇ ਜਾਂ ਤਾਂ ਕੋਨਟਰੋ ਮਾਨ ਉਲਟ ਸਾਈਡ ਤੇ ਚਲਦਾ ਫਿਰ ਵੀ ਕਹਿੰਦਾ ਕੈਨਸਲ ਹੋ ਜਾਏਗਾ ਵੇਰੋ ਤੇ ਇਥੇ ਲਫਜ਼ ਆਇਆ ਕੋਨਟਰੋ ਮਾਨੋ ਕੋਨਟਰੋ ਮਾਨੋ ਜਿਹੜਾ ਹੈ ਸੈਂਪਰੇ ਵੇਰੋਏ ਫਾਲਸੋ ਕੋਈ ਨਹੀਂ ਲਾ ਰਿਵੋਕਾ ਡੇਲਾ ਪਾਟੈਂਤੇ ਐ ਡਿਸਪੋਸਤਾ ਕਹਿੰਦਾ ਲਾਇਸੈਂਸ ਕੈਨਸਲ ਹੋ ਜਾਏਗਾ ਕਵਾਂਦੋ ਇਲ ਟਿਟੋਲਾਰੇ ਜਦੋਂ ਟਿਟੋਲਾਰੇ ਟਿਟੋਲਾਰੇ ਮਤਲਬ ਲਾਇਸੈਂਸ ਹੋਲਡਰ ਲਾਇਸੈਂਸ ਦਾ ਮਾਲਕ ਜਿਹੜਾ ਹੈ ਪਰਦੇ ਪਰਮਨੈਂਟਮੈਂਟ ਉਹਦੀਆਂ ਹਮੇਸ਼ਾ ਵਾਸਤੇ ਜ਼ਾਇਆ ਹੋ ਜਾਣ ਅੱਗੇ ਉਹਨੇ ਬ੍ਰੈਕਟ ਹੈ ਫਿਰ ਸੈਂਪਰੇ ਲਿਖੀ ਹੈ ਠੀਕ ਹੈ ਮਤਲਬ ਹਮੇਸ਼ਾ ਵਾਸਤੇ ਇਹਦਾ ਐ ਹੀ ਮਤਲਬ ਹੈ ਪਰਮਨੈਂਟਮੈਂਟ ਦਾ ਕਿ ਫਿਰ ਸੈਂਪਰੇ ਵਾਸਤੇ ਹਮੇਸ਼ਾ ਵਾਸਤੇ ਜ਼ਾਇਆ ਹੋ ਜਾਣ ਉਹਦੀਆਂ ਇ ਰਿਕੁਇਜ਼ਿਟੀ ਫੀਜ਼ੀਚੀ ਜਿਹੜੀ ਜਿਸਮਾਨੀ ਰਿਕੁਆਇਰਮੈਂਟ ਹੈ ਗੱਡੀ ਚਲਾਣੇ ਵਾਸਤੇ ਰਿਕੁਇਸਟੀ ਜਿਹੜੀ ਡਿਮਾਂਡ ਹੈ ਉਹਨਾਂ ਦੀ ਜਿਸਮਾਨੀ ਅਗਰ ਉਹ ਕਹਿੰਦਾ ਹਮੇਸ਼ਾ ਵਾਸਤੇ ਜ਼ਾਇਆ ਹੋ ਜਾਣ ਖਤਮ ਹੋ ਜਾਣ ਤੇ ਫਿਰ ਵੀ ਲਾਇਸੈਂਸ ਕੈਨਸਲ ਹੋ ਜਾਏਗਾ ਫਿਰ ਉਹ ਲਾ ਰਿਵੋਕਾ ਦੇ ਲਾ ਪਤੈਂਟ ਹੈ ए डिस्पोस्टा ਕਹਿੰਦਾ ਲਸੈਂਸ ਜਿਹੜਾ ਕੈਨਸਲ ਹੋ ਜਾਏਗਾ ਕੁਆਂਦੋ ਇਲਤੀ ਤੋ ਲਾਰੇ ਜਦੋਂ ਲਸੈਂਸ ਹੋਲਡਰ ਲਸੈਂਸ ਦਾ ਮਾਲਕ ਜਿਹੜਾ ਪੈਰ ਦੇ ਪਰਮਨੈਂਟ ਮੇਨ ਤੇ ਉਹਦੀਆਂ ਹਮੇਸ਼ਾ ਵਾਸਤੇ ਜ਼ਾਇਆ ਹੋ ਜਾਣ ਰਿਕੁਇਜ਼ਿਟੀ ਪੀਜ਼ੀ ਕੀਚੀ ਰਿਕੁਐਸਟ ਦੀ ਜਿਹੜੀ ਮੈਂਟਲੀ ਰਿਕੁਆਇਰਮੈਂਟ ਪੀਜ਼ੀ ਕੀਚੀ ਮਤਲਬ ਮੈਂਟਲੀ ਦਿਮਾਗੀ ਅਗਰ ਉਹ ਜਿਹੜੀ ਰਿਕੁਆਇਰਮੈਂਟ ਹੈ ਅਗਰ ਹਮੇਸ਼ਾ ਵਾਸਤੇ ਖਤਮ ਹੋ ਜਾਂਦੀ ਹੈ ਤੇ ਫਿਰ ਵੀ ਲਸੈਂਸ ਕੈਨਸਲ ਹੋ ਜਾਏਗਾ ਲਾਰੇ ਵੋਕਾ ਦੇ ਲਾ ਪਤੈਂਟ E disposta. Canale sans cancelo o jäga? Quando la patente stessa che è di 12 viene sostituita con altra due redenal change in ho rilasciata da un stato estero. Gira che se due re mole che è di vero di avere due redenal c'è in cardio di cancelo o jäga? Revoca o jäga. Sostituita change La revoca della patente è disposta. Canale sans cancelo o jäga?

ਅਠਵਾਂ ਨਹੀਂ ਸਤਵਾਂ ਲਾ ਰਿਵੋਕਾ ਦਾ ਲਾ ਪਟੈਂਟ ਏ ਡਿਸਪੋਸਟਾ ਕਹਿੰਦਾ ਲਾਇਸੈਂਸ ਜਿਹੜਾ ਰਿਵੋਕਾ ਹੋ ਜਾਏਗਾ ਕੈਨਸਲ ਹੋ ਜਾਏਗਾ ਕੁਆਂਦੋ ਇਲ ਕੁੰਦੂ ਚੈਂਤੇ ਜਦੋਂ ਡਰਾਈਵਰ ਗੁਈ ਦਾ ਡਰਾਈਵਿੰਗ ਕਰ ਰਿਹਾ ਹੈ ਕੋਨ ਪਟੈਂਟ ਤੇ ਉਸ ਲਾਇਸੈਂਸ ਦੇ ਨਾਲ ਕਦੂਤਾ ਦੀ ਵਾਲਿਤਾ ਜਿਹੜਾ ਕਦੂਤ ਹੋਇਆ ਹੈ ਮਤਲਬ ਐਕਸਪਾਇਰ ਹੋਇਆ ਹੈ ਉਸ ਲਾਇਸੈਂਸ ਨਾਲ ਡਰਾਈਵਿੰਗ ਕਰ ਰਿਹਾ ਤੇ ਫਿਰ ਕੈਨਸਲ ਹੋ ਜਾਏਗਾ ਫਾਲਸ ਹੋ ਜੀ ਅਗਰ ਕਦਲ ਸੈਂਸ ਐਕਸਪਾਇਰ ਇਤੂ ਡਰਾਈਵਿੰਗ ਕਰੇ ਤੋ ਰਿਤੀਰਾਤਾ ਕਰਨਗੇ ਕੈਨਸਲਿੰਗ ਕਰਨ ਲਗੇ ਲਾ ਰਿਵੋਕਾ ਡੇਲਾ ਪਾਟੈਂਤੇ ਪੋ ਏਸਰੇ ਡਿਸਪੋਸਤਾ ਕੈਨ ਦਾ ਲਾਇਸੈਂਸ ਕੈਨਸਲ ਹੋ ਸਕਦਾ ਹੈ ਕਵਾਂਡੋ ਇਲ ਕੁੰਡੂਚੈਂਤੇ ਜਿਆ ਡਰਾਈਵਰ ਗੁਈਦਾ ਡਰਾਈਵਿੰਗ ਕਰ ਰਿਆ ਹੋਵੇ ਸੈਂਸ ਅਵੇਰ ਲਾ ਕੋਨਸੇ ਬਿਨਾ ਕੋਲ ਰਖਣੇ ਤੋ ਮਤਲਬ ਕੋਲ ਕੋਈ ਨਹੀਂ ਉਹ ਲਾਇਸੈਂਸ ਜਿਸ ਤਰ੍ਹਾਂ ਕਰ ਰਹਿ ਗਿਆ ਹੈ ਲਾਇਸੈਂਸ ਤੋਂ ਬਿਨਾ ਡਰਾਈਵਿੰਗ ਕਰਦਾ ਪਿਆ ਫਿਰ ਕਹਿੰਦਾ ਕੈਨਸਲ ਹੋ ਜਾਏਗਾ ਫਾਲਸ ਹੋ ਜਾਏਗਾ ਲਾਇਸੈਂਸ ਕਰ ਰਿਆ ਜਾਵੇ ਕੋਲ ਨਾ ਹੋਵੇ ਤੇ ਉਹਦਾ ਜੁਰਮਾਨਾ ਹੁੰਦਾ ਹੈ ਠੀਕ ਹੈ ਨਾਮਾ ਲਾ ਪਟੈਂਟ ਸੋ ਲਾ ਰਿਵੋਕਾ ਡਲਾ ਪਟੈਂਟੇ ਐ ਦੀਸਪੋਸਤਾ ਕੈਂਸਲ ਸੈਂਸ ਜਿਹੜਾ ਵੀ ਰਿਵੋਕਾ ਹੋਵੇਗਾ ਕੈਨਸਲ ਹੋਵੇਗਾ ਕਵਾਂਡੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਪੈਰ ਦੇ ਟੈਂਪੋਰਾਨੀਆਮੈਂਤੇ ਕੈਂਦੇ ਉਹਦੀਆਂ ਪੈਰ ਦੇ ਜ਼ਾਇਆ ਹੁਣ ਟੈਂਪੋਰਾਨੀਆਮੈਂਤੇ ਆਰਜੀ ਤੌਰ ਤੇ ਟੈਂਪਰੇਰੀ ਤੌਰ ਤੇ ਜ਼ਾਇਆ ਹੋ ਜਾਣ ਇ ਰਿਕੁਇਜ਼ਿਤੀ ਫਿਜ਼ੀਕੀ ਫਿਜ਼ੀਚੀ ਵੇ ਜਿਹੜੀ ਜਿਸਮਾਨੀ ਰਿਕੁਆਇਰਮੈਂਟ ਹੈ ਗੱਡੀ ਚਲਾਉਣੇ ਵਾਸਤੇ ਕਹਿੰਦਾ ਗੁਰ ਆਰਜ਼ੀ ਤੌਰ ਤੇ ਜ਼ਾਇਆ ਹੋ ਜਾਣ ਤੇ ਫਿਰ ਵੀ ਉਹਦਾ ਲਾਇਸੈਂਸ ਕੈਨਸਲ ਹੋ ਜਾਏਗਾ ਫਾਲਸੋ ਫਾਲਸੋ ਜੀ ਆਰਜ਼ੀ ਤੌਰ ਤੇ ਕਿਸ ਤਰ੍ਹਾਂ ਹੋ ਸਕਦੀਆਂ ਨੇ ਆਰਜ਼ੀ ਤੌਰ ਤੇ ਇਸ ਤਰ੍ਹਾਂ ਹੋ ਸਕਦੀਆਂ ਮਤਲਬ ਕੋ ਸੱਟ ਲੱਗੀ ਹੈ ਚੋਟ ਲੱਗੀ ਹੈ ਲੱਤਾਂ ਟੁੱਟ ਗਈ ਹੈ ਠੀਕ ਮਿਸਾਲ ਦੇ ਰਿਹਾ ਤੇ ਇਹ ਜਿਹੜੀਆਂ ਨੇ ਆਰਜ਼ੀ ਤੌਰ ਤੇ ਹੋਈਆਂ ਬਾਅਦ ਲੱਤਾਂ ਠੀਕ ਹੋ ਜਾਏਗੀ ਫਿਰ ਚਲਾ ਸਕਦਾ ਹੈ ਗੱਡੀ ਠੀਕ ਹੈ ਅਗਰ ਪੈਰ ਦੇ ਟੈਂਪੋਰੀ ਐਮੈਂਟ ਹੋਵੇ ਤੇ ਫਿਰ ਕੈਨਸਲ ਨਹੀਂ ਹੁੰਦਾ ਪੈਰ ਦੇ ਐਉਂਤੀ ਐਸੀ ਇਥੇ ਕਿਦਰੇ परमनेंटेमेंटे परमनेंटेमेंटे ਦਾ ਮਤਲਬ ਹੈ ਹਮੇਸ਼ਾ ਵਾਸਤੇ ਫਿਰ ਸੈਂਪਰੇ ਅਗੇ ਨੂੰ ਬ੍ਰੈਕਟ ਅਗਲੀ ਹੈ ਆਵੀਓ ਦਾ ਮਤਲਬ ਠੀਕ ਹੈ ਇਹ ਹਮੇਸ਼ਾ ਵਾਸਤੇ ਹੁੰਦਾ ਹੈ ਪਰਮਨੈਂਟੇਮੈਂਟੇ ਅਗਰ ਹਮੇਸ਼ਾ ਵਾਸਤੇ ਜਾਇਆ ਹੋਂ ਤਾਂ ਫਿਰ ਕੈਨਸਲ ਹੋਵੇਗਾ ਅਗਰ ਇਹ ਟੈਂਪੋਰਾਨੀ ਮੈਂਟੇ ਹੋਵੇ ਆਰਜ਼ੀ ਤੌਰ ਤੇ ਤਾਂ ਫਿਰ ਕੈਨਸਲ ਨਹੀਂ ਹੋਣ ਲਗਾ ਦਸਵਾਂ ਲਾਰੇਵੋਕਾ ਡੇਲਾ ਪਾਟੈਂਤੇ ਪੁਏਰੇ ਡਿਸਪੋਸਤਾ ਕਹਿੰਦਾ ਹੈ ਲਾਇਸੈਂਸ ਕੈਨਸਲ ਹੋ ਸਕਦਾ ਹੈ ਕਵਾਂਦੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਗੁਈ ਦਾ ਡਰਾਈਵਿੰਗ ਕਰ ਰਿਹਾ ਹੋਵੇ ਸੈਂਸ ਲੈਂਟੀ ਕੋਰੈਕਟਿਵ ਕਹਿੰਦੇ ਬਿਨਾ ਲੈਂਸ ਤੋਂ ਡਰਾਈਵਿੰਗ ਕਰ ਰਿਹਾ ਹੋਵੇ ਕਵਾਂਦੋ ਪ੍ਰੈਸਕ੍ਰਿਪਟੇ ਜਦੋਂ ਉਹਦੇ ਤੇ ਲਾਗੂ ਕੀਤਾ ਗਿਆ ਹੋਵੇ ਮਤਲਬ ਇੱਕ ਬੰਦਾ ਹੈ ਉਹਦੇ ਲਾਇਸੈਂਸ ਤੇ ਲਿਖਿਆ ਹੈ ਵੀ ਇਹਨੇ ਲੈਂਸ ਜਾਂ ਨਜ਼ਰ ਵਾਲੀ ਐਨਕ ਲੈਣੀ ਹੈ ਅਗਰ ਉਹ ਲੈਂਸ ਜਾਂ ਐਨਕ ਲਾ ਕੇ ਨਹੀਂ ਡਰਾਈਵਿੰਗ ਕਰਦਾ ਤੇ ਉਹਦਾ ਇੱਕ ਜੁਰਮਾਨਾ ਹੁੰਦਾ ਇਹ ਕਹਿੰਦਾ ਲਾਇਸੈਂਸ ਕੈਨਸਲ ਹੋ ਜਾਏਗਾ ਫਾਲਸ ਹੋਈ senza lenti correttive binallensdo quando prescritte jadon dasya gaya ya jo ja keh lo ke jadon oh de waste lagu kita gaya 11 la revoca della patente può essere disposta canale sans cancel ho dagli organi di polizia matlab de police wale ne cancel kar sakde ne revoca kar sakde ne false di e cancel karda hai motorizzazione civile jehda oh cancel karda la revoca della patente ਪੋਏਸਰੇ ਦੀਸਪੋਸਤਾ ਕੰਡਲ ਸੈਂਸ ਕੈਨਸਲ ਹੋ ਸਕਦਾ ਹੈ ਕਾਂਡੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਗੁਈਦਾਉਨ ਵਹੀਕੋ ਲੇ ਗੱਡੀ ਚਲਾ ਰਿਹਾ ਹੈ ਇਨ ਤੇਸਤਾ ਤੋ ਅਦ ਆਲਟਰਾ ਪਰਸੋਨਾ ਤੇ ਉਹ ਗੱਡੀ ਕਿਸੇ ਹੋਰ ਬੰਦੇ ਦੇ ਨਾਮ ਹੈ ਸੈਂਸ ਅਵੇਰੇ ਆਪੋਜੀਤਾ ਦੀਕ੍ਰੇਸਿਓਨੇ ਸਕ੍ਰਿਤਾ ਮਤਲਬ ਉਹਦੇ ਕੋਲ ਕੋਈ ਦੀਕ੍ਰੇਸਿਓਨੇ ਸਕ੍ਰਿਤਾ ਮਤਲਬ ਕੁਝ ਵੀ ਲਿਖਿਆ ਕੋਈ ਨਹੀਂ ਉਹਦੀ ਪਰਮੈਸੋ ਕੋਈ ਨਹੀਂ ਲਿਖੀ ਹੋਈ ਤੇ ਫਿਰ ਵੀ ਕਹਿੰਦਾ ਲਾਇਸੈਂਸ ਕੈਨਸਲ ਹੋ ਜਾਏਗਾ ਫਾਲਸ ਸੋਰੀ ਅੱਗੇ ਵੀ ਕਾਫੀ ਦਫਾ ਦੱਸਿਆ ਕਿ ਇਟਲੀ ਵਿੱਚ ਐ ਸਹੂਲਤ ਮੌਜੂਦ ਹੈ ਕਿ ਬੇਸ਼ੱਕ ਗੱਡੀ ਕਿਸੇ ਹੋਰ ਦੇ ਨਾਮ ਹੋਵੇ ਉਹਦਾ ਮਾਲਕ ਕੋਈ ਹੋਰ ਹੋਵੇ ਤੁਸੀਂ ਗੱਡੀ ਚਲਾ ਸਕਦੇ ਹੋ ਉਹਦੇ ਵਾਸਤੇ ਕੋਈ ਪਰਮੈਸੋ ਜਾਂ ਲਿਖਿਆ ਲੈਟਰ ਲਿਉਣੇ ਦੀ ਜ਼ਰੂਰਤ ਕੋਈ ਨਹੀਂ ਠੀਕ ਹੈ ਜੀ ਅੱਛਾ ਜੀ ਇੱਥੇ ਲਫ਼ਜ਼ ਇੱਕ ਆਇਆ ਹੈ ਪਰਸੋਨਾ ਪਰਸੋਨਾ ਜਿਹੜਾ ਹੈ ਸੈਂਪਰੇ ਫਾਲਸੋ ਤੇ ਇੱਕ ਵੇਰੋ ਆਉਂਦਾ ਹੈ ਪ੍ਰਿਸਤਾਰੇ ਨਾਲ ਪਰਸੋਨਾ ਸੈਂਪਰੇ ਫਾਲਸੋ ਇੱਕ ਵੇਰੋ ਪ੍ਰੇਸਤਾਰ ਨੂੰ ਅੱਛਾ ਜੀ 816 ਉਹ ਤੋਂ ਚੇਨ ਤੋਂ ਸੇ ਦੀ ਜੀ 816 ਤੇ ਜੀ ਗੱਲ ਕਰਨ ਲਗਾ ਹੈ ਸਸਪੈਂਸੀਓਨ ਦੇ ਲਾ ਪਤੈਂਤੇ ਮਤਲਬ ਲਿਸੈਂਸ ਦਾ ਸਸਪੈਂਡ ਹੋਣਾ ਸਸਪੈਂਡ ਉਹ ਪੁਲਿਸ ਵਾਲੇ ਜਿਹੜੇ ਆਪਣੀ ਮਰਜ਼ੀ ਨਾਲ ਕਰ ਸਕਦੇ ਨੇ ਮਤਲਬ ਕਹਿ ਲੋ ਕਿ ਹਫਤਾ ਵੀ 10 ਦਿਨ ਵੀ ਮਹੀਨੇ ਵੀ ਕੁਝ ਕਰ ਸਕਦੇ ਨੇ ਠੀਕ ਹੈ ਸਸਪੈਂਡ ਕਦੋਂ ਹੋ ਸਕਦਾ ਹੈ ਇਹ ਜਿਹੜਾ ਵੀ ਉਹਨਾਂ ਕਾਨੂੰਨ ਸੜਕ ਦਾ ਬਣਾਏ ਹੈ मतलब ਜੇੜਾ ਵੀ ਆਰਟੀਕਲ ਹੈ ਦਫਾ ਤਾਰ ਆਵੇ ਅਗਰ ਉਹ ਜਿਹੜੀ ਉਹਨਾਂ ਖਾਸ ਇਸ ਚੀਜ਼ ਵਾਸਤੇ ਰੱਖੀ ਹੈ ਅਗਰ ਉਹਦੇ ਖਿਲਾਫ ਵਰਜ਼ੀ ਹੁੰਦੀ ਹੈ ਤੇ ਫਿਰ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਠੀਕ ਹੈ ਇੱਕ ਇਹ ਚੀਜ਼ ਹੋ ਗਈ ਦੂਸਰਾ ਅਗਰ ਕਿਸੇ ਜਗ੍ਹਾ ਤੇ ਸਪੀਡ ਫਾਰ ਐਗਜ਼ੈਂਪਲ 50 ਵੇ 50 ਆਵੇ ਮੈਕਸਿਮਮ ਅਗਰ ਤੁਸੀਂ ਇਸ ਤੋਂ ਵੱਧ ਗਏ 40 40 ਸਪੀਡ ਤੁਹਾਡੀ ਇਸ ਤੋਂ ਜ਼ਿਆਦਾ ਹੋ ਗਈ ਮਸਲਨ ਤੁਸੀਂ ਨਵਾਂ ਤਾਂ ਤੇ ਚੱਲਦੇ ਹੋਪੇ ਫੇਰ ਲਾਇਸੈਂਸ ਸਸਪੈਂਡ ਹੋ ਸੋ ਬੈ ਜਿਹੜੀ ਵੀ ਮੈਕਸਿਮਮ ਸਪੀਡ ਲਿਮਟ ਹੈ ਉਹਦੇ ਤੋਂ ਤੁਹਾਡੀ ਸਪੀਡ 40 ਵੱਧੇ ਫੇਰ ਤੁਹਾਡਾ ਲਾਇਸੈਂਸ ਜਿਹੜਾ ਹੈ ਸਸਪੈਂਡ ਹੋ ਸਕਦਾ ਹੈ ਠੀਕ ਹੈ ਤੇ ਨਵੇਂ ਲਾਇਸੈਂਸ ਵਾਲਾ ਬੰਦਾ ਪਤਾ ਹੈ ਪਹਿਲੇ ਸਾਲ ਗੱਡੀ ਦੀ ਵੀ ਲਿਮਟ ਹੁੰਦੀ ਹੈ ਵੀ ਤੁਸੀਂ ਛੋਟੀ ਗੱਡੀ ਚਲਾ ਸਕਦੇ ਹੋ ਤੇ ਸਪੀਡ ਦੀ ਵੀ ਲਿਮਟ ਹੁੰਦੀ ਹੈ ਵੀ ਆਉਤੋਂ ਉਸ ਤਰ੍ਹਾਂ ਦੇ ਉੱਤੇ ਜਾਂ ਇਸ ਤਰ੍ਹਾਂ ਦੇ 95 ਪ੍ਰਿੰਸੀਪਲ ਦੇ ਉੱਤੇ ਤੁਸਾਂ ਥੋੜੀ ਘੱਟ ਸਪੀਡ ਰੱਖਣੀ ਹੁੰਦੀ ਹੈ ਅਗਰ ਤੁਸੀਂ ਇਸ ਚੀਜ਼ ਦੀ ਰਿਸਪੈਕਟ ਨਹੀਂ ਕਰਦੇ ਇਹਦੇ ਤੇ ਅਮਲ ਨਹੀਂ ਕਰਦੇ ਇਹਨਾਂ ਪਬੰਦੀਆਂ ਤੇ ਤੇ ਜਿਸ ਨਵਾਂ ਲਾਇਸੈਂਸ ਕੀਤਾ ਹੈ ਉਹਦਾ ਲਾਇਸੈਂਸ ਵੀ ਸਸਪੈਂਡ ਹੋ ਸਕਦਾ ਹੈ ਠੀਕ ਹੈ ਕੁਰਸੀਆ ਦੀ ਐਮਰਜੈਂਸੀ ਹਾਉ ਤੇ ਚੱਲਦੇ ਹੋਏ ਬਿਨਾਂ ਕਿਸੇ ਵਜ੍ਹਾ ਕਾਰਨ ਤੋਂ ਫਿਰ ਵੀ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਕੁਰਸੀਆ ਦੀ ਐਮਰਜੈਂਸੀ ਅਸੀਂ ਕਦੋਂ ਯੂਜ਼ ਕਰ ਸਕਦੇ ਹਾਂ ਜਦੋਂ ਗੱਡੀ ਖਰਾਬ ਹੋ ਜਾਵੇ ਜਾਂ ਕੋਈ ਬੰਦਾ ਬਿਮਾਰ ਹੋ ਜਾਵੇ ਉਦੋਂ ਅਸੀਂ ਕੁਰਸੀਆ ਦੀ ਐਮਰਜੈਂਸੀ ਹਵੇ ਜਾ ਸਕਦੇ ਹਾਂ ਉਹ ਯੂਜ਼ ਕਰ ਸਕਦੇ ਹਾਂ ਠੀਕ ਹੈ ਇਸ ਤੋਂ ਇਲਾਵਾ ਨਹੀਂ ਕਰ ਸਕਦੇ ਅਗਰ ਇਹ ਬਿਨਾ ਕਿਸੇ ਜਿਹੜਾ 2 ਵਜੇ ਦਰਸਿੰਗਾਂ ਨੇ ਇਹਨਾਂ ਤੋਂ ਬਿਨਾ ਤੁਸੀਂ ਯੂਜ਼ ਪੇ ਕਰਦੇ ਹੋ ਫਿਰ ਵੀ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਠੀਕ ਹੈ ਨਸ਼ੇ ਦੀ ਹਾਲਤ 'ਚ ਗੱਡੀ ਚਲਾ ਰਹੇ ਹੋ ਫਿਰ ਵੀ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਜਦੋਂ ਪੁਲਿਸ ਵਾਲੇ ਰੋਕਣ ਜਿਹੜਾ ਉਹਨਾਂ ਚੈੱਕ ਕਰਨਾ ਹੁੰਦਾ ਹੈ ਵੀ ਇਹ ਬੰਦਾ ਡਰਾਈਵਰ ਜਿਹੜਾ ਨਸ਼ੇ ਦੀ ਹਾਲਤ 'ਚ ਗੱਡੀ ਚਲਾ ਰਿਹਾ ਹੈ ਜਾਂ ਨਹੀਂ ਚਲਾ ਰਿਹਾ ਉਹ ਇੱਕ ਉਹਨਾਂ ਕੋਲ ਇੱਕ ਚੀਜ਼ ਹੁੰਦੀ ਉਹਦੇ ਫੂਕ ਮਾਰਨੀ ਹੁੰਦੀ ਹੈ ਅਗਰ ਤੁਸੀਂ ਉਸ ਚੀਜ਼ ਤੋਂ ਇਨਕਾਰ ਕਰ ਦਿੰਦੇ ਹੋ ਮਤਲਬ ਉਹਨਾਂ ਨੂੰ ਜਿਹੜੀ ਆਪਣੀ ਜਾਂਚ ਪੜਤਾਲ ਤਕੀਕ ਕਰਨੀ ਹੁੰਦੀ ਉਹ ਨਹੀਂ ਕਰਨ ਦਿੰਦੇ ਤੁਸੀਂ ਫਿਰ ਵੀ ਲਾਇਸੈਂਸ ਤੁਹਾਡਾ ਸਸਪੈਂਡ ਕਰ ਸਕਦੇ ਨੇ ਠੀਕ ਹੈ ਅੱਛਾ ਜੀ ਪਹਿਲਾ ਸਵਾਲ ਲਾ ਸਸਪੈਂਸੀਓਨੇ ਡੇਲਾ ਪਾਟੈਂਤੇ ਕਦੋਂ ਲਾਇਸੈਂਸ ਸਸਪੈਂਡ ਹੁੰਦਾ ਹੈ ਇਹ ਉਨਾ ਸੈਂਸਿਓਨੇ ਅੱਛੇ ਸੋਰ ਜਾਂ ਇੱਕ ਸੈਂਸਿਓਨੇ ਅੱਛੇ ਸੋਰ ਯਾ ਮਤਲਬ ਕਹਿ ਲਓ ਕਿ ਇੱਕ ਐਕਸਟਰਾ ਜੁਰਮਾਨਾ ਸਜ਼ਾ ਵੇ ਐਕਸਟਰਾ ਕੇ ਦੇਰੀਵਾ ਜਿਹੜੀ ਹੁੰਦੀ ਹੈ ਡੇਲਾ ਵਿਉਲਾਸੀਓਨੇ ਦੀ ਅਲਕੁਨੀ ਆਰਟੀਕੋਲੀ ਜਿਹੜੇ ਕੁਛ ਤੁਸੀਂ ਕੁਛ ਆਰਟੀਕਲ ਦੇ ਖਿਲਾਫ ਵਰਜ਼ੀ ਕਰਦੇ ਹੋ ਦਲ ਕੋਦ ਚਿਤਲ ਅਸਤਰਾ ਦਾ ਸੜਕ ਦੇ ਕਾਨੂੰਨ ਦੇ ਕੁਛ ਆਰਟੀਕਲ ਤੁਸੀਂ ਖਿਲਾਫ ਵਰਜ਼ੀ ਕਰਦੇ ਹੋ ਕਹਿੰਦਾ ਉਦੋਂ ਹੀ ਸਜ਼ਾ ਹੁੰਦੀ ਹੈ ਵੇਰੋ ਵਿਓਲਾਸਿਓਨੇ ਖਿਲਾਫ ਵਰਜ਼ੀ ਅਲਕੂਨੀ ਆਰਟੀਕੋਲੀ ਕੁਛ ਆਰਟੀਕਲ ਦਫਾ ਤਾਰਾ ਕੋਦ ਚਿਤਲ ਅਸਤਰਾ ਦਾ ਮਤਲਬ ਸੜਕ ਦੇ ਕਾਨੂੰਨ ਦੇ ਵੇਰੋ ਜੀ ਸੰਸਿਓਨੇ ਅਚੇਸੋਰੀਆ ਸੰਸਿਓਨੇ ਅਚੇਸੋਰੀਆ ਮਤਲਬ ਕਹਿ ਲਓ ਕਿ ਸਜ਼ਾ ਐਕਸਟਰਾ ਸਜ਼ਾ <coughs> la sospensione della patente e disposta che la licenza sospendovera ad esempio un example de re è quando il neo patentato quando il new license wala banda circola senza rispettare cel depia bina respect karne ton le limitazione jehdiya ode waste pabanniyan ne sui vai kulli gaddi diyan eh sulavelochita te speed diyan kenda inha di respect karne ton bina chalda hai pia ਤੇ ਉਹਦਾ ਲਾਇਸੈਂਸ ਸਸਪੈਂਡ ਹੋ ਜਾਏਗਾ ਵੇਰੋ ਨਿਓ ਪਾਟੈਂਟਾ ਤੋ ਆਰਦੇ ਨੇ ਜੇਸ ਬੰਦੇ ਨਵਾਂ ਲਾਇਸੈਂਸ ਕੀਤਾ ਹੋਵੇ ਲਾ ਸਸਪੈਂਸਿਓਨ ਡੇਲਾ ਪਾਟੈਂਤੇ ਐ ਦੀਸਪੋਸਤਾ ਕਾ ਨਾ ਲਾਇਸੈਂਸ ਸਸਪੈਂਡ ਹੋਵੇ ਦਾ ਦੀਸਪੋਸਤਾ ਹੋਵੇ ਦਾ ਕਵਾਂਦੋ ਸਿ ਸੁਪੇਰਾਨੋ ਜਦੋਂ ਵੱਧ ਜਾਂਦੇ ਹੋ ਦਿਓਲ ਤਰੇ ਕਵਾਂਤਾ 40 ਦੀ ਸਪੀਡ ਤੋਂ ਵੱਧ ਜਾਂਦੇ ਹੋ ਸੌਰੀ 40 ਸਪੀਡ ਤੋਂ ਆਡੀ ਵੱਧ ਜਾਂਦੀ ਏ ਇ ਲਿਮਿਤੀ ਮਾਸੀਮੀ ਦੀ ਵਲੋਚਿਤਾ ਮੈਕਸਿਮਮ ਸਪੀਡ ਲਿਮਿਟ ਤੋਂ ਉਦੋਂ ਕਹਿੰਦੇ ਲਾਇਸੈਂਸ ਸਸਪੈਂਡ ਹੋਵੇਗਾ ਪੇਰੋ La sospensione della patente può essere disposta ਕਹਿੰਦੇ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਕਵਾਂਦੋ ਸਿ چیر ਕੋਲਾ ਇਨ ਆਉਟੋਸਟਰਾਦਾ ਜਦੋਂ ਤੁਸੀਂ ਆਉਟੋਸਟਰਾਦਾ ਦੇ ਵਿੱਚ ਚੱਲਦੇ ਹੋ ਸੁਲਾ ਕੁਰਸੀਆ ਦੀ ਐਮਰਜੈਂਸਾ ਐਮਰਜੈਂਸੀ ਵਾਲੀ ਕੁਰਸੀਏ ਦੇ ਉੱਤੇ ਇਨ ਕਾਜ਼ੀ ਨੋਨ ਪ੍ਰੇਵਿਸਤੀ ਤੇ ਕਹਿੰਦੇ ਜੇ ਚੱਲ ਰਹੇ ਹੋ ਉਹ ਵਜ੍ਹਾ ਕਰਨ ਨੋਨ ਪ੍ਰੇਵਿਸਤੀ ਨਹੀਂ ਦਿੱਤੀ ਗਈ ਦਲ ਕੋਦ ਚੇ ਦਲ ਆਸਟਰਾਦਾ ਸੜਕ ਦੇ ਕਾਨੂੰਨ ਦੇ ਵਿੱਚ ਤੇ ਫਿਰ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਵੇਰੋ ਮਤਲਬ ਵੀ ਤੁਸੀਂ ਕੁਰਸੀ ਆ ਦੀ ਐਮਰਜੈਂਸੀ ਆ ਦੀ ਚਲਦੇ ਹੋ ਪੇ ਜਿਹੜੀ ਵਜ੍ਹਾ ਤੂੰ ਚੱਲ ਰਹੇ ਹੋ ਅਗਰ ਉਹ ਸੜਕ ਦੇ ਕਾਨੂੰਨ ਵਿੱਚ ਨਹੀਂ ਆਉਂਦੀ ਉਹ ਉਹ ਵਜ੍ਹਾ ਉਹ ਕਾਰਨ ਬਈ ਜਿਹੜੀ ਸੂਰਤ ਹੈ ਅਸੀਂ ਉਹ ਐਮਰਜੈਂਸੀ ਕੁਰਸੀ ਆ ਦੀ ਐਮਰਜੈਂਸੀ ਆ ਯੂਜ਼ ਕਰ ਸਕਦੇ ਆ ਅਗਰ ਉਹ ਕਾਨੂੰਨ ਵਿੱਚ ਨਹੀਂ ਆਉਂਦਾ ਤੇ ਫਿਰ ਤੁਸੀਂ ਤੁਹਾਡਾ ਲਾਇਸੈਂਸ ਜਿਹੜਾ ਸਸਪੈਂਡ ਹੋਵੇਗਾ ਵੇਰੋ ਪੰਜਵਾਂ ਲਾ ਸਸਪੈਂਸੀਓਨ ਡੇ ਲਾ ਪਾਟੈਂਟੇ ਇਹ ਡਿਸਪੋਸਟ ਆ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕੁਆਂਦੋ ਇਲ ਕੁੰਦੂਚੇਂਤੇ ਜਦੋਂ ਡਰਾਈਵਰ ਗੁਈ ਦਾ ਡਰਾਈਵਿੰਗ ਕਰ ਰਿਹਾ ਸੋਤੋ ਅਫੇਟੋ ਅਸਰ ਦੇ ਵਿੱਚ ਦੀ ਸੋਸਤਾਂਸੇ ਸਟੋਪੇਫੀਚੈਂਤੀ ਕਿਸੇ ਨਸ਼ੇ ਵਾਲੀ ਚੀਜ਼ ਦੇ ਅਸਰ ਦੇ ਵਿੱਚ ਡਰਾਈਵਿੰਗ ਕਰ ਰਿਹਾ ਮਤਲਬ ਕਹ ਲੋ ਨਸ਼ੇ ਦੇ ਵਿੱਚ ਡਰਾਈਵਿੰਗ ਕਰ ਰਿਹਾ ਤੇ ਫਿਰ ਵੀ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਵੇਰੋ ਜੀ ਅਫੇਟੋ ਅਸਰ ਸੈਂਪਰੇ ਵੇਰੋਏ ਫਾਲਸੋ ਕੋਈ ਨਹੀਂ ਹਾਂ ਜੀ ਉੱਤੇ ਇੱਕ ਲਫ਼ਜ਼ ਆਇਆ ਸੀ ਇਜ਼ੈਂਪਿਓ ਆਇਆ ਸੀ Or, che le ah, già, è. Eh. Di ave, non si può fare così, e non si può Esempio: di avere sempre due falso e che solo una e Tutti la sospensione della patente è disposta che nell'essenza spendo vega quando il conducente già don't driver. ਗੁਈਦਾ ਡਰਾਈਵਿੰਗ ਕਰ ਰਿਹਾ ਇਨ ਸਤਾਤੋ ਦੀ ਅਬਰੇਸਾ ਅਲਕੋਲਿਕਾ ਆਲਕੋਹਲ ਦੇ ਨਸ਼ੇ ਵਿੱਚ ਡਰਾਈਵ ਜਿਹੜਾ ਡਰਾਈਵਿੰਗ ਕਰ ਰਿਹਾ ਤੇ ਫੇਰ ਵੀ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਵੇਰੋ ਇਨ ਸਤਾਤੋ ਹਾਲਤੇ ਚ ਦੀ ਅਬਰੇਸਾ ਨਸ਼ੇ ਦੀ ਅਲਕੋਲਿਕਾ ਆਲਕੋਹਲ ਦੀ ਲਾ ਸਸਪੈਂਸਿਓਨ ਡੇਲਾ ਪਾਟੈਂਤੇ ਐ ਦੀਸਪੋਸਤਾ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕਵਾਂਡੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਰਿਫਿਊਤਾ ਮਨਾ ਕਰ ਦਿੰਦਾ ਇਨਕਾਰ ਕਰ ਦਿੰਦਾ ਦੀ ਸੋਤਪੋਰ ਸੀ ਆਲੀ ਅਚੇਰਤਾਮੈਂਤੀ ਜਿਹੜੀ ਉਹਨਾਂ ਜਾਂਚ ਪੜਤਾਲ ਕਰਨੀ ਹੁੰਦੀ ਹੈ ਛਾਣਬੀਣ ਕਰਨੀ ਹੁੰਦੀ ਹੈ ਸੁਲਸੂ ਐਵੈਂਟੂਅਲ ਸਟਾਟੋ ਦੀ ਅਬਰੇਸਾ ਅਲਕੋਲਿਕਾ ਜਦੋਂ ਇਹ ਆਲਕੋਹਲ ਦੇ ਨਸ਼ੇ ਵਿੱਚ ਹੋਵੇ ਇਹਦੀ ਹਾਲਤ ਜਿਹੜੀ ਉਹਨਾਂ ਜਾਂਚ ਪੜਤਾਲ ਛਾਣਬੀਣ ਕਰਨੀ ਹੈ ਅਗਰ ਕਹਿੰਦੇ ਇਸ ਚੀਜ਼ ਤੋਂ ਇਨਕਾਰ ਕਰ ਦਿੰਦਾ ਤੇ ਫਿਰ ਲਾਇਸੈਂਸ ਸਸਪੈਂਡ ਹੋ ਜਾਏਗਾ ਵੇਰੋ ਰਿਫਿਊਤਾ ਮਨਾ ਕਰ ਦੇਣਾ ਆਲੀ ਅਚੇਰਤਾਮੈਂਤੀ ਚੇਰਤਾਮੈਂਤੀ ਜਾਂਚ ਪੜਤਾਲ ਛਾਣਬੀਣ ਅਠਵਾਂ ਲਾ ਸਸਪੈਂਸਿਓਨ ਡੇਲਾ ਪਾਟੈਂਟੇ ਐ ਡਿਸਪੋਸਤਾ ਕਾ ਨੈਲ ਸੈਂਸ ਸਪੈਂਡ ਹੋਵੇਗਾ ਕਵਾਂਦੋ ਇਲ ਕੁੰਦੁਚੈਂਤੇ ਜਦੋਂ ਡਰਾਈਵਰ ਫੂਜੇ ਫੂਜੇ ਹੋ ਜਾਂਦਾ ਫਰਾਰ ਹੋ ਜਾਂਦਾ ਨਸ ਜਾਂਦਾ ਸੈਂਸ ਅ ਪ੍ਰੇਸਟਾਰ ਐ ਸਕੋਰਸੋ ਬਿਨਾ ਹੈਲਪ ਕਰਨੇ ਤੋਂ ਬਿਨਾ ਤਾਵਨ ਕਰਨੇ ਤੋਂ ਆਲਾ ਪਰਸੋਨਾ ਇਨਵੈਸਟੀਤਾ ਜਿਹੜਾ ਬੰਦਾ ਵਰਦੀ ਦੇ ਵਿੱਚ ਹੈ ਮਤਲਬ ਉਹ ਉਹਨਾਂ ਤਾਵਨ ਨਹੀਂ ਕਰਦਾ ਮਸਲਮ ਪੁਲਿਸ ਵਾਲਾ ਸਾਨੂੰ ਰੋਕਦਾ ਅਸੀਂ ਨਹੀਂ ਰੁਕਦੇ ਨਸ ਜਾਂਦੇ ਆ ਗੱਡੀ ਲੈ ਕੇ ਫੇਰ ਉਹ ਕੇ ਨਾਲ ਸਸਪੈਂਡ ਹੋਵੇਗਾ 베ਰੋ ਜੀ ਸੈਂਸ ਆ ਪ੍ਰਸਤਾਰੇ ਬਿਨਾ ਦੇਣੇ ਤੋਂ ਸਕੋਰਸੋ ਹੈਲਪ ਇਹਦਾ ਮਤਲਬ ਹੈਲਪ ਹੈ ਲੇਕਿਨ ਇਹਦਾ ਮਤਲਬ 51ਵੇਂ ਇਥੇ ਲੱਗੇਗਾ ਆਲਾ ਪਰਸੋਨਾ ਉਸ ਬੰਦੇ ਨੂੰ ਇਨਵੈਸਟੀਗੇਟਡਾ ਵਰਦੀ ਵਿੱਚ 베ਰੋ ਜੀ ਅੱਛਾ ਜੀ ਇਹ ਆ ਗਿਆ ਦੱਸਿਆ ਸੀ ਕਿ ਪਰਸੋਨਾ ਜਿਹੜਾ ਵੇਸ ਸੈਂਪਰੇ ਫਲਸੋ ਤੇ ਇੱਕ 베ਰੋ ਹੁੰਦਾ ਹੈ ਪ੍ਰਸਤਾਰੇ ਨਾਲ ਇਹ ਪ੍ਰਸਤਾਰੇ ਆ ਗਿਆ ਠੀਕ ਹੈ ਔਰ ਪ੍ਰਸਤਾਰੇ ਜਿਹੜਾ ਹੈ ਇਹ ਵੀ ਸੈਂਪਰੇ ਵੇਰੋ ਤੇ ਦੋ ਫਾਲਸੋ ਨੇ ਪ੍ਰੈਸਟਾਰੇ ਵੀ ਜਿੱਥੇ ਆ ਜਾਵੇ ਇਹ ਸੈਂਪਰੇ ਵੇਰੋ ਤੇ ਦੋ ਫਾਲਸੋ ਨੇ ਠੀਕ ਹੈ ਇੱਕ ਆਉਂਦਾ ਹੈ ਵੇਦਨਾ ਤੇ ਇੱਕ ਆਉਂਦਾ ਹੈ ਇਲ ਇਲਿਮਿਟਾਟਾ ਨਾਲ ਅੱਛਾ ਜੀ ਨਾਮ ਲਾ ਸਸਪੈਂਸ਼ਨ ਦੇ ਲਾ ਪਟੈਂਟੇ ਐ ਦੀਸਪੋਸਤਾ ਕਨੈਲ ਸਸਪੈਂਡ ਹੋਵੇਗਾ ਕਵਾਂਡੋ ਇਲ ਕੁੰਡੂਚੈਂਤੇ ਜਦੋਂ ਡਰਾਈਵਰ ਚੀਰਕੋਲਾ ਅਬੂਸਿਵਾਮੈਂਤੇ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਹੈ ਕੋਨ ਵਹੀਕਲੋ ਗੱਡੀ ਦੇ ਨਾਲ ਸੋ ਤੋਂ ਪੋਸ ਤੋਂ ਅਸਕੁਐਸਟਰੋ ਡੀਰ ਅਸਕੁਐਸਟਰੋ ਯੀ ਮਤਲਬ ਗੱਡੀ ਇੱਕ ਜ਼ਬਤ ਕੀਤੀ ਨਾ ਬੰਦ ਕੀਤੀ ਏ ਮਸਲਨ ਗੱਡੀ ਤੇ ਪਾਬੰਦੀ ਲੱਗੀ ਹੋਈ ਹੈ ਗੱਡੀ ਤੁਸੀਂ ਯੂਜ਼ ਨਹੀਂ ਕਰ ਸਕਦੇ ਇੰਨੇ ਚਿਰ ਵਾਸਤੇ ਮਹੀਨੇ ਦੋ ਮਹੀਨੇ ਵਾਸਤੇ ਫਿਰ ਤੁਸੀਂ ਉਹ ਗੱਡੀ ਯੂਜ਼ ਕਰ ਰਹੇ ਹੋ ਫੇਰ ਲਿਸੈਂਸ ਸਸਪੈਂਡ ਹੋ ਜਾਏਗਾ। ਵੇਰੋ। ਦਸਵਾ ਲਾ ਸਸਪੈਂਸੀਓਨੇ ਡੇਲਾ ਪਾਟੈਂਤੇ ਪੁਏ ਐਸੇਰੇ ਦੀਸਪੋਸਤਾ ਕਨੈਲ ਸਸਪੈਂਡ ਹੋ ਸਕਦਾ ਹੈ। ਨਈ ਕੋਂਫਰੋਂਟੀ ਦੀ ਕੀ ਜਿਨੇ ਆਬੀਆ ਫਲਾਸਿਫିକਾਟੋ ਓ ਕੋਂਟ੍ਰੋਫਾਟੋ ਜਿਨੇ ਫਲਾਸਿਫਿਕਾਟੋ ਯਾ ਕੋਂਟ੍ਰਾਫਾਟੋ ਕੀਤੇ ਮਤਲਬ ਜਾਲੀ ਬਣਾਏ ਨੇ ਇਹਦਾ ਕੋ ਮਹੰਤੀ ਡਾਕੂਮੈਂਟਸ ਰਿਲੇਟਿਵੀ ਅਲਾ ਅਸਿਗੁਰਾਸੀਓਨੇ ਦਲ ਵੇਈਕੋਲੋ ਗੱਡੀ ਦੇ ਇਨਸ਼ੋਰੈਂਸ ਵਾਲੇ। ਵੇਰੋ ਜੀ ਅਗਰ ਕੱਢੀ ਦੇ ਜਿਹੜੇ ਇੰਸ਼ੋਰੈਂਸ ਵਾਲੇ ਕਾਗਜ਼ ਨੇ ਉਹ ਤੁਸੀਂ ਜੈਲੀ ਬਣਾਏ ਨੇ ਕੋਈ ਆਪਣੇ ਕੋਲ ਬਣਾਏ ਜੇ ਉਹਦੇ ਕੋਈ ਛੇੜ ਛਾੜ ਕੀਤੀ ਜੇ ਤੇ ਫੇਰ ਵੀ ਲਾਇਸੈਂਸ ਤੁਹਾਡਾ ਸਸਪੈਂਡ ਹੋ ਜਾਏਗਾ ਵੇਰੋ ਜੀ ਗਿਆਰਵਾਂ ਲਾ ਸਸਪੈਂਸੀਓਨੇ ਦੇਲਾ ਪਟੈਂਟੇ ਇਹ ਡਿਸਪੋਸਟਾ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕੁਆਂਦੋ ਇਲ ਕੁੰਦੂਚੇਂਤੇ ਜਦੋਂ ਡਰਾਈਵਰ ਚੀਰ ਕੋਲਾ ਚਲਦਾ ਕੋਨ ਪਟੈਂਟ ਤੇ ਸਸਪੈਂਸਾ ਕਹਿੰਦਾ ਲਾਇਸੈਂਸ ਜਿਹੜਾ ਉਹ ਸਸਪੈਂਡ ਹੋਇਆ ਉਹ ਉਸ ਲਾਇਸੈਂਸ ਨਾਲ ਚੱਲਦਾ ਤੇ ਫੇਰ ਲਾਇਸੈਂਸ ਸਸਪੈਂਡ ਹੋ ਜਾਦਾ ਫਾਲਸ ਹੋ ਜੇ ਅਗਰ ਪਹਿਲੇ ਹੀ ਸਸਪੈਂਡ ਹੈ ਤੇ ਫੇਰ ਅਗਰ ਤੁਸੀਂ ਉਸ ਨਾਲ ਗੱਡੀ ਚਲਾਉਂਦੇ ਹੋ ਤਾਂ ਫੇਰ ਕੈਨਸਲ ਕਰ ਦੇਣਦੇ 12ਵਾਂ La sospensione della patente è disposta quando il sans suspend ovega quando il titolare ਜਦੋਂ ਟਿਟੂਲਾਰੇ ਮਤਲਬ ਲਿਸਨ ਹੋਲਡਰ ਲਿਸਨ ਦਾ ਮਾਲਕ ਜਿਹੜਾ ਹੈ ਇਤੁਲਾਰ ਦੇ ਲਾਇਸੈਂਸ ਦਾ ਮਾਲਕ ਜਿਹੜੇ ਪੈਰ ਤੇ ਡੈਫੀਨਿਟਿਵਲੀ ਕਹਿੰਦੇ ਯਕੀਨੀ ਤੌਰ ਤੇ ਪੈਰ ਦੇ ਹੋ ਜਾਣ ਖਤਮ ਹੋ ਜਾਣ ਜ਼ਾਇਆ ਹੋ ਜਾਣ ਉਹਦੀਆਂ ਇਹ ਰਿਕੁਇਰ ਕੀਤੀ ਫੀਸ ਜਿਹੜੀ ਜਿਸਮਾਨੀ ਰਿਕੁਆਇਰਮੈਂਟ ਰੱਖੀ ਗਈ ਹੈ ਲਾਇਸੈਂਸ ਵਾਸਤੇ ਕਹਿੰਦਾ ਕਰੋ ਯਕੀਨੀ ਤੌਰ ਤੇ ਜ਼ਾਇਆ ਹੋ ਜਾਣ ਤੇ ਫਿਰ ਲਾਇਸੈਂਸ ਸਸਪੈਂਡ ਹੋ ਜਾਏਗਾ ਫਾਲਸ ਹੋ ਜੇਕਰ ਯਕੀਨੀ ਤੌਰ ਤੇ ਉਹਦੀ ਜਿਹੜੀ ਜਿਸਮਾਨੀ ਰਿਕੁਆਇਰਮੈਂਟ ਹੈ ਲਾਇਸੈਂਸ ਵਾਸਤੇ ਕਰੋ ਖਤਮ ਹੋ ਜਾਂਦੀ ਹੈ ਤੇ ਫਿਰ ਉਹਦਾ ਲਾਇਸੈਂਸ ਰਿਵੋਕਾ ਕੈਨਸਲ ਹੋ ਜਾਏਗਾ ਕਿਉਂਕਿ ਸਸਪੈਂਡ ਦਾ ਤੇ ਮਤਲਬ ਤੁਹਾਡੇ ਵਾਸਤੇ 3 ਮਹੀਨੇ ਸਸਪੈਂਡ ਹੋ ਗਿਆ 6 ਮਹੀਨੇ ਉਸ ਤੋਂ ਬਾਅਦ ਤੁਹਾਨੂੰ ਮਿਲ ਜਾਏਗਾ ਠੀਕ ਹੈ ਤੇ ਲੇਕਿਨ ਅਗਰ ਯਕੀਨੀ ਤੌਰ ਤੇ ਇੱਕ ਚੀਜ਼ ਖਤਮ ਹੋ ਗਈ ਤੇ ਫਿਰ ਉਹ ਲਾਇਸੈਂਸ ਨਹੀਂ ਮਿਲਣ ਲੱਗਾ ਕੈਨਸਲ ਹੋਵੇਗਾ ਇਸ ਸੂਰਤ ਵਿੱਚ 13ਵਾਂ ਲਾ ਸਸਪੈਂਸ਼ਨ ਦੇ ਲਾ ਪਟੈਂਟੇ ਇਹ ਡਿਸਪੋਸਟ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕੁਆਂਦੋ ਸੋਰਗੋਨੋ ਦੂਬੀ ਜਦੋਂ ਸ਼ੱਕ ਪੈਦਾ ਹੋ ਜਾਏ ਸ਼ੱਕ ਬਣੇ ਸੁਲਾ ਪ੍ਰੈਜ਼ਿਸਟੈਂਸ ਆਉਦੀ ਕਾਰਕਰਦਗੀ ਤੇ ਦੇ ਰਿਕੁਇਜ਼ਿਟੀ ਪ੍ਰੈਸਕ੍ਰਿਟੀ ਜਿਹੜੀ ਰਿਕੁਆਇਰਮੈਂਟ ਲਿਖੀ ਗਈ ਹੈ ਦੱਸੀ ਗਈ ਹੈ ਫਾਲਸੋ ਜੀ ਅਗਰ ਸੋਰਗੋ ਨੂੰ ਦੂਬੀ ਸ਼ੱਕ ਪੈਦਾ ਹੋਣਾ ਸ਼ੱਕ ਪੈਦਾ ਹੋਏ ਤਾਂ ਕੀ ਹੁੰਦਾ ਕੀ ਕਰਵਾ ਸਕਦੇ ਨੇ ਰਿਵਿਜ਼ਿਓਨੇ ਕਰਵਾ ਸਕਦੇ ਨੇ ਸ਼ੱਕ ਦੀ ਬਨਾਤੇ ਠੀਕ ਹੈ ਸ਼ੱਕ ਦੀ ਬਨਾਤੇ ਸਸਪੈਂਡ ਨਹੀਂ ਜਾਂ ਕੈਨਸਲ ਨਹੀਂ ਕਰ ਸਕਦੇ ਰਿਜ਼ਿਗਰਾਤਾ ਵੀ ਨਹੀਂ ਕਰ ਸਕਦੇ ਸ਼ੱਕ ਹੋਵੇ ਤੇ ਰਿਵਿਜ਼ਿਓਨੇ ਹੋ ਸਕਦੀ ਹੈ 14ਵਾਂ ਲਾ ਸਸਪੈਂਸਿਓਨੇ ਡੇਲਾ ਪਾਟੈਂਤੇ ਐ ਐ ਦੀਸਪੋਸਤਾ ਕਨੈਲ ਸਸਪੈਂਡ ਹੋਵੇਗਾ contestualmente nali alla comunicazione di azzeramento già un azzeramento zero card, di hatam card, dei punti, punti a azzeramento puntini a dietro, 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 ਕਾਂਡੋ ਸੀ ਸੁਪਰਾਨੋ ਦੀ 20 ਵੇ ਜਦੋਂ ਤੁਸੀਂ ਤੁਹਾਡੀ ਸਪੀਡ ਜਿਹੜੀ ਹੈ 20 ਤੋਂ ਮਤਲਬ ਜਿਹੜੀ ਮੈਕਸिमम ਸਪੀਡ ਹੈ ਉਸ ਤੋਂ 20 ਵੱਧ ਜਾਵੇ ਅਗਿਆਨ ਲਿਮਿਟ ਮੈਕਸिमम ਦੀ ਵਲੋਚ 40 ਲਿਖਿਆ ਹੈ ਮਤਲਬ ਜਿਹੜੀ ਮੈਕਸਿਮਮ ਸਪੀਡ ਲਿਮਟ ਹੈ ਉਹਦੇ ਤੋਂ ਤੁਹਾਡੀ 20 ਸਪੀਡ ਵੱਧ ਗਈ ਹੈ ਤੇ ਫਿਰ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਫालतੋ ਜੀ 20 ਨਹੀਂ 40 ਵਧੇ ਤੇ ਫਿਰ ਅਸੀਂ ਸਾਡਾ ਲਾਇਸੈਂਸ ਕੈਨਸਲ ਹੋ ਸਕਦਾ ਹੈ ਸੌਰੀ ਸਸਪੈਂਡ ਹੋ ਸਕਦਾ ਹੈ ਅੱਛਾ ਜੀ 16ਵਾਂ ला सस्पेंशने डेला पेटेंटे पुओ एसेरे डिस्पोस्टा कैन एलेससा सस्पेंड हो सकता है क्वान दो सि चीर कुला जदो चलदे हो सेनसा वेरे कोनसे बिना कोल रखने तो ला पेटेंटे दिगुदा लाइसेंस मतलब लाइसेंस ਸਾਡੇ ਕੋਲ ਕੋਈ ਨਹੀਂ ਕਰ ਰਹਿ ਗਿਆ ਤੇ ਕਹਿੰਦਾ ਲਾਇਸੈਂਸ ਸਸਪੈਂਡ ਹੋ ਸਕਦਾ ਹੈ ਫਾਲਸੋ ਜੁਰਮਾਨਾ ਹੋਵੇਗਾ ਔਰ ਐ ਸੈਂਸਾ ਅਵਰੇ ਸੈਂਸਾ ਅਵਰੇ ਮਤਲਬ ਬਿਨਾ ਰੱਖਣੇ ਤੋਂ ਔਰ ਇਸ ਐਮਪਰੇ ਫਾਲਸੋਏ ਵੇਰੋ ਕੋਈ ਨਹੀਂ ਜਿਹੜੇ ਸਵਾਲ ਚਾਵੇਦਾ ਉਹ ਸਵਾਲ ਗਲਤ ਹੈ ਸਤਾਰਮਾ ਲਾ ਸਸਪੈਂਸ਼ਨ ਦੇ ਲਾ ਪਤੈਂਟ ਇਹ ਡਿਸਪੋਸਟ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕੁਆਨ ਦੋ ਸੀ ਚੀਰ ਕੋਲਾ ਜਦੋਂ ਚੱਲਦੇ ਹੋ ਕੋਨ ਪਤੈਂਟ ਤੇ ਉਸ ਲਾਇਸੈਂਸ ਦੇ ਨਾਲ ਇਲੇਜੀਬਿਲੀ ਜਿਹੜਾ ਹੋਵੇ ਮਤਲਬ ਜਿਹੜਾ ਪੜਿਆ ਨਾ ਜਾਂਦਾ ਹੋਵੇ ਉਹ ਦਿੱਤੀਓਰੀ ਰਾਤ ਹੋਵੇ ਮਤਲਬ ਖਰਾਬ ਹੋ ਜਾਵੇ ਫਾਲਸ ਹੋ ਜੀ ਕੈਨਸਲ ਨਹੀਂ ਹੋਣ ਲਗਾ ਸੌਰੀ ਸਸਪੈਂਡ ਨਹੀਂ ਹੋਣ ਲਗਾ ਇਲੇਜੀਬਿਲੇ ਮਤਲਬ ਪੜਿਆ ਨਾ ਜਾਵੇ ਦਿੱਤੀਓਰੀ ਰਾਤਾ ਖਰਾਬ ਹੋ ਜਾਣਾ ਜੇ ਇਸ ਤਰ੍ਹਾਂ ਕਹਿ ਲੋ ਕਿ ਬੰਦਾ ਪੋਰਟਫੋਲੀਓ ਵਿੱਚ ਰੱਖ ਰੱਖ ਕੇ ਉਤੋਂ ਮਿਟ ਜਾਂਦਾ ਹੈ ਪੜਿਆ ਨਹੀਂ ਜਾਂਦਾ ਜਾਂ ਕੋਈ ਹੋਰ ਚੀਜ਼ ਉਤੇ ਕਲਰ ਕੋਈ ਰੰਗ ਡਿੱਗ ਜਾਂਦਾ ਹੈ ਜਿਸ ਤਰ੍ਹਾਂ ਵੀ ਤੁਸੀਂ ਮਸ਼ੀਨੇ ਪਾ ਕੇ ਤੋਲ ਦਿੱਤਾ ਉਹ ਚੀਜ਼ ਉਤੋਂ ਮਿਟ ਗਈ ਹੈ ਪੜਿਆ ਨਹੀਂ ਜਾਂਦਾ ਖਰਾਬ ਹੋ ਗਿਆ ਤੇ ਫਿਰ ਕਹਿੰਦਾ ਹੈ ਲਾਇਸੈਂਸ ਤੁਹਾਡਾ ਸਸਪੈਂਡ ਹੋਵੇਗਾ ਫਾਲਸ ਹੋਦੀ ਲਾ ਸਸਪੈਂਸੀਓਨ ਡੇ ਲਾ ਪਾਟੈਂਤੇ ਐ ਡਿਸਪੋਸਤਾ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਰਿਕੀਸਤਾ ਡੈਲੀ ਏਜੈਂਟੀ ਜਦੋਂ ਰਿਕੀਸਤਾ ਡੈਲੀ ਏਜੈਂਟੀ ਮਤਲਬ ਪੁਲਿਸ ਵਾਲੇ ਦੇ ਕਹਿਣ ਤੇ ਨੌਨ ਸੀਨ ਗਰਾ ਦਿਓ ਦੀ ਐਸੇਬਰੀਰੇ ਤੁਸੀਂ ਉਹਨੂੰ ਐਸੇਬਰੀਰੇ ਨਹੀਂ ਕਰਦੇ ਦਿਖਾਉਂਦੇ ਨਹੀਂ ਸ਼ੋ ਸ਼ੋ ਨਹੀਂ ਕਰਦੇ ਇਲ ਸਿਨਿਆਲ ਮੋਬਿਲ ਦੀ ਪੈਰੀਕੋਲੋ ਜਿਹੜਾ ਉਹ ਟ੍ਰਾਇੰਗਲ ਨਿਸ਼ਾਨ ਹੈ ਐਸਿਨਿਆਲ ਮੋਬਿਲ ਦੀ ਪੈਰੀਕੋਲੋ ਕਿਹੜਾ ਹੈ ਜਿਹੜਾ ਟ੍ਰਾਇੰਗਲ ਨਿਸ਼ਾਨ ਹੈ ਜਦੋਂ ਗੱਡੀ ਖਰਾਬ ਹੋ ਜਾਏ ਜਾਂ ਸਮਾਨ ਡੇਕੇ ਜਿਹੜਾ ਪਿੱਛੇ ਜਾ ਕੇ ਨਿਸ਼ਾਨ ਰੱਖੀਦਾ ਪਤਾ ਪਿੱਛੇ ਪੜਿਆ ਸੀ ਸ਼ਾਇਦ 17ਵਾਂ ਚੈਪਟਰ ਸੀ ਕਹਿੰਦਾ ਕਿਰ ਤੁਹਾਡੇ ਕੋਲ ਉਹ ਕੋਈ ਨਹੀਂ ਜੇ ਫਿਰ ਲਾਇਸੈਂਸ ਸਸਪੈਂਡ ਕਰਨ ਦੇ ਫਾਲਤੂ ਜੁਰਮਾਨਾ ਕਰ ਸਕਦੇ ਨੇ ਇਹਦਾ 19 ਨੰਬਰ ਸਵਾਲ ਜੀ ਲਾ ਸਸਪੈਂਸਿਓਨ ਡੇਲਾ ਪਾਟੈਂਤੇ ਐ ਐ ਦੀਸਪੋਸਤਾ ਕਹਿੰਦਾ ਲਾਇਸੈਂਸ ਸਸਪੈਂਡ ਹੋਵੇਗਾ ਕਵਾਂਡ ਇਲ ਟਿਟੂਲਾਰੇ ਜਦੋਂ ਲਾਇਸੈਂਸ ਹੋਲਡਰ ਲਾਇਸੈਂਸ ਦਾ ਮਾਲਕ ਜਿਹੜਾ ਹੈ ਨੋਨ ਐ ਪਿਊ ਇਨ ਪੋਜ਼ੈਸੋ ਬਈ ਉਹਦੇ ਕੋਲ ਕੋਈ ਨਹੀਂ ਦੇ ਰਿਕੁਇਜ਼ਿਤੀ ਮੋਰਾਲੇ ਜਿਹੜੀ ਮੋਰਲ اخلاق ਦੀ ਉਹਨਾਂ ਦੀ ਰਿਕੁਆਇਰਮੈਂਟ ਐ ਡਿਮਾਂਡ ਐ ਕਹਿੰਦਾ ਉਹ ਕੋਈ ਨਹੀਂ ਉਸੀ ਦਾ ਮਾਲਕ ਹੀ ਨਹੀਂ ਮਤਲਬ ਉਹ ਚੰਗੇ ਤਰੀਕੇ ਨਾਲ ਬੋਲਦਾ ਨਹੀਂ ਕਨੈਲਸ ਸਨ ਸਸਪੈਂਡ ਹੋਏ ਦਾ ਫਾਲਸੋ ਜੀ ਮੁਰਾਲੀ ਨਹੀਂ ਚੈੱਕ ਕਰਦੇ ਮੁਰਾਲੀ ਦਾ ਪਤੰਤੇ ਨਾਲ ਕੋਈ ਲਿੰਕ ਨਹੀਂ ਤੇ ਮੁਰਾਲੀ ਜਿਹੜੇ ਸਵਾਲ ਵਿੱਚ ਆਵੇਗਾ ਉਹ ਫਾਲਸੋ ਹੈ ਬਾਕੀ ਇਹ ਪੁਜ਼ੈਸੋ ਵੀ ਆਇਆ ਹੈ ਸੈਂਪਰੇ ਫਾਲਸੋ ਤੇ ਚਾਰ ਵੇਰੋਂ ਨੇ ਠੀਕ ਹੈ ਤਿੰਨ ਵਾਰੀ ਅੰਕੋਰਨ ਨਾਲ ਇੱਕ ਵਾਰੀ ਵੈਂਤੀ ਪੁੰਕਤੀ 20 ਪੁੰਕਤੀ ਲਾ ਲੋਂਦੇ ਵੀ ਨੰਬਰ ਲਾ ਸਸਪੈਂਸਿਓਨ ਡੇਲਾ ਪਾਟੈਂਤੇ ਐ ਡਿਸਪੋਸਤਾ ਕਨੈਲਸ ਸਨ ਸਸਪੈਂਡ ਹੋਵੇਗਾ ਕਾਂਡੋ ਸੀ ਲਾਸ਼ਾ ਇਲ ਵੈਕੂਲੋ ਜਦੋਂ ਗੱਡੀ ਨੂੰ ਛੱਡਦੇ ਹੋ ਇਨ ਸੋਸਤਾ ਪਾਰਕਿੰਗ ਦੇ ਵਿੱਚ ਨੇਲੀ ਸਪਾਸੀ ਉਸ ਜਗ੍ਹਾ ਦੇ ਵਿੱਚ ਦਿਸਟੀਨਾਤੀ ਆਈ ਡਿਜ਼ੇਬਿਲੀ ਜਿਹੜੀ ਪਾਰਕਿੰਗ ਜਿਹੜੀ ਜਗ੍ਹਾ ਦਿਸਟੀਨਾਤੀ ਆਈ ਡਿਜ਼ਾਬਿਲੀ ਯ ਮਤਲਬ ਅਪਾਇ ਜਿਹੜੇ ਬੰਦੇ ਨੇ ਹੈਂਡੀਕੈਪ ਉਹਨਾਂ ਬੰਦਿਆਂ ਵਾਸਤੇ ਬਣਾਈ ਗਈ ਹੈ ਕਹਿੰਦਾ ਕਿ ਰੋ ਦੇ ਵਿੱਚ ਤੁਸੀਂ ਗੱਡੀ ਛੱਡਦੇ ਹੋ ਤੁਹਾਡਾ ਲਾਇਸੈਂਸ ਸਸਪੈਂਡ ਹੋਵੇਗਾ ਫਾਲਸੋ ਜੀ ਜੁਰਮਾਨਾ ਕਰਨਗੇ ਪੂੰਤੀਆਂ ਘਟ ਸਕਦੇ ਠੀਕ ਹੈ ਸਸਪੈਂਡ ਨਹੀਂ ਕਰ ਸਕਦੇ 21 ਲਾ ਸਸਪੈਂਸ਼ਨ ਦੇ ਲਾ ਪਟੈਂਟੇ ਐ ਦੀਸਪੋਸਤਾ ਕਨਲ ਸਸਪੈਂਡ ਹੋਵੇਗਾ ਕਵਾਂਦੋ ਨੌਨ ਸੀ ਇਹ ਪਗਾ ਤੋ ਜਦੋਂ ਤੁਸੀਂ ਪੇ ਨਹੀਂ ਕੀਤੇ ਆ ਨਹੀਂ ਟਰਮੀ ਉਸ ਟਾਈਮ ਦੇ ਵਿੱਚ ਵਿੱਚ ਇਲ ਬੋਲੋ ਦਾ ਵਹੀ ਕੋੜੀ ਗੱਡੀ ਦੀ ਬੋਲੋ ਹੁੰਦੀ ਏ ਠੀਕ ਹੈ ਕਹਿੰਦਾ ਕਰੋ ਤੁਸੀਂ ਟਾਈਮ ਦੇ ਅੰਦਰ ਅੰਦਰ ਪੇ ਨਹੀਂ ਕੀਤੀ ਤੇ ਲਿਸੈਂਸ ਜਿਹੜਾ ਉਹ ਸਸਪੈਂਡ ਹੋਵੇਗਾ ਫਾਲਸ ਹੋ ਜੀ ਇਹਦਾ ਲਿਸੈਂਸ ਨਾਲ ਕੋਈ ਤੱਲਕ ਨਹੀਂ ਬੋਲੋ ਦਾ ਅੱਛਾ ਜੀ ਇੱਥੇ ਆਏ ਆ ਬੋਲੋ ਇਹ ਸੈਂਪਰੇ ਫਾਲਸ ਹੋਏ ਵੇਰ ਕੋਈ ਨਹੀਂ ਠੀਕ ਹੈ اور ਨੇი टर्मਿ ਨੇი टर्मਿ ਦਾ ਮਤਲਬ ਯੋ ਉਸ ਟਾਈਮ ਦੇ ਵਿੱਚ ਵਿੱਚ ਠੀਕ ਹੈ ਜੀ ਅੱਛਾ ਜੀ ਅੱਜ ਦੀ ਵੀਡੀਓ ਕਾਫੀ ਹੈ ਕਿਉਂਕਿ ਅਗਲਾ ਪੇਜ ਪੜਿਆ ਫਿਰ ਜ਼ਿਆਦਾ ਲੰਬੀ ਹੋ ਜਾਣੀ ਹੈ ਉਹ ਫਿਰ ਅਪਲੋਡ ਕਰਨ ਵਿੱਚ ਜਿਹੜਾ ਨਹੀਂ ਇਸ਼ੂ ਹੁੰਦਾ ਠੀਕ ਹੈ ਇਨਸ਼ਾਅੱਲਾ ਮਿਲਨੇ ਆ ਨੈਕਸਟ ਵੀਡੀਓ ਤੇ ਬਾਕੀ ਪੇਜ ਇਹਦੇ ਤਿੰਨ ਹੀ ਰਹਿ ਗਏ ਨੇ ਕੋਸ਼ਿਸ਼ ਕਰਾਂਗਾ ਕਿ ਨੈਕਸਟ ਵੀਡੀਓ ਵਿੱਚ ਉਹ ਤਿੰਨੇ ਕਲੀਅਰ ਹੋ ਜਾਣ ਓਕੇ ਜੀ ਅੱਲਾ ਹਾਫਿਜ਼